जेकर तुसीने साडी यूट्यूब चैनल नू सबसक्राइब नहीं किया तो सबसक्राइब कर लो ते नाल वाले घंटी वाले बटन नू दबा के आल ते सैट कर लो। गाइड करो कुछ डाइट वेट बारे की डाइट खा रहे हैं तुसी दसो सानू। बस साडी तो थानू पता ही आ प्लेयरां दी सिद्धी डाइट आ बस उही सवेरे उठ के। हां जी तुसी ब्रेकफास्ट की करदे आ लाइक हुण कल 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 जाना कल की खाना सवेरे उठ के तुसी दसो सानू की खाना चाहिदा पाक बंदा यार। नहीं एक गल आ भाई सुनो भाई जिदा कबड्डी आले भी आ जिम आले तुसी साडे नूं बॉडी दी केयर वध करदे हो। हां जी जी डाइट वगैरह जां कुछ भी आ साडे आले आ कबड्डी आले आ इन्नी डाइट डूट दी केयर को नहीं करदे हैगे। हां जी हां जी हां जी जो मिल गया वो खा लेना ए साडे आलां दा हिसाब आ जो मिल गया खा लेना ठीक आ। ते जेड़े मेरे ख्याल च तुसी देखे भी होणे बंदे जेड़े जिदा बॉडी बिल्डिंग आले मेजर कर करके खांदे ओह चलदे भी नहीं होणे गेम च तुहाडी दे। हां भाई एक गल आ भाई चलो थोनू भी मैं कहन लगा ओदा गुस्सा ना करियो एक वारी दी गल आ ओदा एक जिम च सी बंदा हां जी मेरी बॉडी चल इदा है ना वेडा देखण नू कोई नहीं बाली वड्डी लगदी। हां जी हां जी ओ जिम वाला सी मुंडा ओ कंडे ते चढ़िया ओदा भाई वेट बहुत घट ते मैं कंडे ते चढ़िया भाई मेरा वेट ओनू वध 5-7 किलो मेरे वल देखी जावे हुंदा फिर क्योंकि मसल फिर ला ला के टाइट हो जाते जिम वाले थोड़ी पावर बोलदी पर प्रॉपर जे गई जिम डाइट प्रॉपर करके नहीं खेडी। ओके ओके ठीक है बाकी कोई नहीं ठीक करियो डाइट डूट दा पिंदू चीचे लाइव च अपने सारे की हाल ब्रो ठीक आ गुरजंट भाई कहते पाले भाई बारे गल करो। हां जी ਗੁਰਜੰਟ ਭਾਈ ਮੈਸੇਜ ਕਰਕੇ ਪਾਲੇ ਉਸਤਾਦ ਬਾਰੇ ਗੱਲ ਕਰੋ ਕੋਈ ਠੀਕ ਹੈ ਠੀਕ ਹੈ ਪਾਲੇ ਭਾਈ ਲੈਜੈਂਡ ਆ ਜੀ ਅਸੀਂ ਸਤਿਕਾਰ ਕਰਦੇ ਬਹੁਤ ਜ਼ਿਆਦਾ ਭਾਈ ਦਾ ਬਿਲਕੁਲ ਜੀ ਇੱਥੇ ਜਦੋਂ ਟੂਰਨਾਮੈਂਟ ਹੁੰਦੇ ਕਬੱਡੀ ਦੇ ਉੱਥੇ ਕਿੰਨਾ ਤੁਹਾਨੂੰ ਸਾਰੇ ਪਿਆਰ ਕਰਦੇ ਉੱਥੇ ਤਾਂ ਲਾਈਕ ਆਇਓ ਹੈਨਾ ਆਇਓ ਟੂਰਨਾਮੈਂਟ ਤੇ ਜਦੋਂ ਸਰੀ ਗੁਰੂ ਘਰ ਦਾ ਠੀਕ ਆ ਮੈਂ ਤਾਂ ਇਹੀ ਆਂਦਾ ਉਹਨਾਂ ਮੈਨੂੰ ਉੱਥੇ ਫੈਰ ਜੇ ਤੇ ਖੜਾ ਕਰ ਦਿੰਦੇ ਆ ਨਹੀਂ ਨਾ ਲੈ ਚੱਲਾਂ ਗਰਾਉਂਡ ਚ ਦੱਸ ਕੇ ਨਹੀਂ ਆਂਦਾ ਉਹਨਾਂ ਮੈਂ ਕਿਹਾ ਇੱਦੀ ਰੈਂਡਮ ਆਮ ਜਾ ਬਣ ਕੇ ਚਲ ਜਾਂਦਾ ਉਹਨਾਂ ਕਿ ਬਾਈ ਕੋਈ ਗੱਲ ਨਹੀਂ ਪਿੱਛੇ ਬੈਠ ਕੇ ਆ ਨਹੀਂ ਨਹੀਂ ਕੋਈ ਚੱਕਰ ਨਹੀਂ ਬ్రో ਮਨੀ ਬਾਜੀ ਕਦੋਂ ਖੇਡਣਾ ਹੁਣ ਬਾਈ ਬਸ ਬਾਈ ਆ ਸੈਚੜੇ ਆ ਜਿਹੜਾ ਹੁਣ ਵੀਕਐਂਡ ਤੇ ਖੇਡੂੰਗਾ। ਹਲੋ ਹਲੋ ਦੋਸਤਾ ਵਧੀਆ ਵਧੀਆ ਠੀਕ ਆ ਬ్రో ਸਾਰਿਆਂ ਨੂੰ ਤੁਸੀਂ ਦੱਸੋ ਠੀਕ ਠਾਕ ਸਾਰੇ ਹੋਰ ਸੁਣਾ ਬਾਈ ਕੋਈ ਗੱਲਬਾਤ ਹੋਰ ਵਧੀਆ ਮਣੀ ਬਾਈ ਕਰੋ ਗਾਈਡ ਹੁਣ ਸਾਰੇ ਪੰਜਾਬ ਵਾਲੇ ਵਿੱਚ ਹੋਏ ਨੇ ਐਡ ਆਪਣੇ ਬਸ ਮੈਂ ਹੁਣ ਇੱਕ ਬੇਸਿਕ ਡਾਈਟ ਬਾਰੇ ਦੱਸ ਦਿੰਦਾ ਨਾ ਕਿ ਜਿਹੜੀ ਮੈਂ ਯੂਜ਼ਲੀ ਫੋਲੋ ਕਰਦਾ ਤੇ ਉਹ ਲਾਈਕ ਮੈਂ ਜੇ ਸਵੇਰੇ ਉੱਠਦਾ ਆ ਤੇ ਕੋਸ਼ਿਸ਼ ਕਰਦਾ ਪਹਿਲਾਂ ਤਾਂ 2-3 ਗਲਾਸ ਪਾਣੀ ਦੇ ਪੀਵਾਂ ਜਦੋਂ ਪਾਣੀ ਪੀ ਲੈਂਦੇ ਫਿਰ ਪ੍ਰੈਸ਼ਰ ਜਿਹਾ ਆ ਜਾਂਦਾ ਬੰਦਾ ਪੇਟ ਸਾਫ਼ ਹੋ ਜਾਂਦਾ ਫਿਰ 3-4 ਮੁਰੱਬੇ ਖਾ ਲੈਣੇ ਨਾ ਜੋ ਆਮਲੇ ਦੇ ਮੁਰੱਬੇ ਆ ਜੋ ਪੇਟ ਲਈ ਠੀਕ ਤੇ ਡਾਈਜੈਸ਼ਨ ਕਰਦੇ ਆ ਨਾ ਫਿਰ ਆ ਜਾਣਾ ਜੇ ਬ੍ਰੇਕਫਾਸਟ ਕਰਨਾ ਨਾ ਬ੍ਰੇਕਫਾਸਟ ਚ ਨਾ ਮੈਂ ਇੱਕ ਜੀ ਚੀਜ਼ ਕੱਢੀ ਆ ਕਰੀਮ ਆਫ ਵੀਟ ਉਹ ਆਪਣੇ ਵਾਲਮਾਰਟ ਚ ਸੁਪਰ ਸਟੋਰ ਚ ਇੱਦਾਂ ਕਿਸੇ ਵੀ ਸਟੋਰ ਇੰਡੀਆ ਮਿਲ ਜਾਂਦੀ ਆ ਉਹ ਕੀ ਹੁੰਦੀ ਆ ਕਣਕ ਦੀ ਉਹਨਾਂ ਨੇ ਕੁਆਲਿਟੀ ਕੱਢੀ ਹੁੰਦੀ ਵੀਟ ਦੀ ਉਹਦੇ ਵਿੱਚ ਕੀ ਕਰਨਾ
ਉਹ ਜਿੱਦਾਂ ਓਟਸ ਦਾ ਪੈਕਟ ਹੁੰਦਾ ਇੱਕ ਉਦਾਂ ਦਾ ਪੈਕਟ ਉਹ ਮਾਈਕ੍ਰੋਵੇਵ 'ਚ ਪਾ ਕੇ ਉਹ ਮੈਂ ਇੱਕ ਦਲੀਏ ਵਾਂਗ ਬਣ ਜਾਂਦਾ ਸੋ ਉਹਨੂੰ ਪੀਂਦਾ ਮੈਂ 3-4 ਪੈਕਟਾਂ ਨੂੰ ਤੇ ਉਹ ਕਾਫੀ ਪਾਵਰ ਦਿੰਦੇ ਆ ਫਿਰ ਇੱਕ ਬਾਊਲ ਖਾ ਲੈਣੀ ਓਟਸ ਦੀ ਠੀਕ ਓਕੇ ਤੇ ਨਾਲ ਕੋਈ ਵੀ ਫਰੂਟ ਖਾ ਲੈਣੇ 2-3 ਕੇਲੇ ਠੀਕ ਆ ਤੇ 2-3 ਘੰਟੇ ਬਾਅਦ ਮੈਂ ਨਾ 10-15 ਚੀਜ਼ਾਂ ਭਿਗੋਤੀਆਂ ਹੁੰਦੀਆਂ ਪਾਣੀ 'ਚ ਜਿੱਦਾਂ ਕਿ ਕਾਲੇ ਛੋਲੇ ਚਿੱਟੇ ਛੋਲੇ ਰਾਜਮਾਂਹ ਸੋਇਆਬੀਨ ਕੌਰਨਸ ਠੀਕ ਆ 5-10 ਬਦਾਮ ਫਿਗਸ ਏਦਾਂ ਦੇ ਜਿੰਨੇ ਵੀ ਡਰਾਈ ਫਰੂਟ ਆ ਸੋ ਉਹ ਬਾਅਦ ਵਿੱਚ ਖਾਣੇ ਥੋੜੇ ਥੋੜੇ ਕਰਕੇ ਠੀਕ ਆ ਤੇ ਲੰਚ ਦੇ ਵਿੱਚ ਉਹੀ ਰੋਟੀਆਂ ਤੇ ਜੇ ਗੇਨਿੰਗ ਕਰਨੀ ਹੈ ਤਾਂ ਰੋਟੀਆਂ ਦੇ ਵਿੱਚ ਘਿਓ ਘਿਓ ਲਾ ਕੇ ਖਾਣਾ ਦਾਲ ਸਬਜ਼ੀ ਨਾਲ ਜਦੋਂ ਕਟਿੰਗ ਪਾਣੀ ਆ ਉਹ ਰੋਟੀਆਂ ਛੱਡ ਦੇਣੀਆਂ ਖਾਣੀਆਂ ਓਕੇ ਠੀਕ ਆ ਜੀ ਤੇ ਡਿਨਰ ਦੇ ਵਿੱਚ ਇੱਦਾਂ ਹੀ ਆ ਪਹਿਲਾਂ ਨੌਨ ਵੈਜ ਜਦੋਂ ਖਾਂਦੇ ਹੁੰਦੇ ਸੀਗੇ ਜ਼ਿਆਦਾ ਉਦੋਂ 2-2 ਘੰਟੇ ਬਾਅਦ ਕਦੀ ਚਿਕਨ ਖਾਣਾ ਫਿਰ ਕਦੀ ਫਿਸ਼ ਖਾਣੀ ਏਦਾਂ 2-2 ਘੰਟੇ ਬਾਅਦ ਖਾਈਦਾ ਹੁੰਦਾ ਸੀ ਫੂਡ ਮੇਰੇ ਹਿਸਾਬ ਨਾਲ ਚਿਕਨ ਨਹੀਂ ਖਾਂਦੇ ਤੁਸੀਂ ਹਨਾ ਮੈਂ ਹੁਣ 1.5 ਸਾਲ ਹੋ ਗਿਆ ਛੱਡੇ ਨੂੰ ਛੱਡਿਆ ਹਾਂ ਆਪਾਂ ਜਦੋਂ ਪਾਰਟੀ ਤੇ ਬੈਠੇ ਸੀਗੇ ਉਦੋਂ ਤੁਸੀਂ ਖਾਂਦੇ ਨਹੀਂ ਸੀਗੇ ਖਾਦਾ ਨਹੀਂ ਸੀਗਾ ਨਾ ਕਦੀ ਕਿਤੇ ਪਾਰਟੀ ਪੂਰਟੀ ਤੇ ਜਿਹਦਾ ਮਹੀਨੇ 2 ਮਹੀਨੇ 'ਚ ਅੱਧੀ ਵਾਰ ਖਾ ਲੈਂਦਾ ਨਾ ਕੋਈ ਜੇ ਕੋਈ ਬਟਰ ਚਿਕਨ ਆ ਬਟ ਐਜ਼ ਅ ਡਾਈਟ ਨਹੀਂ ਖਾਂਦਾ ਹੁਣ ਐਜ਼ ਅ ਡਾਈਟ ਦਾ ਉਹਦਾ ਕਾਰਨ ਇਹ ਹੈ ਕਿ ਪੇਟ ਦਾ ਪਹਿਲਾਂ ਖਾਦਾ ਬਹੁਤ ਭਾਜੀ ਪਹਿਲਾਂ ਸਵੇਰ ਤੋਂ ਲੈ ਕੇ ਰਾਤ ਤੱਕ ਚਿਕਨ ਹੀ ਚੱਲਦਾ ਹੁੰਦਾ ਸੀਗਾ ਓਕੇ ਠੀਕ ਹੈ ਠੀਕ ਇਹ ਤਾਂ ਮੈਂ ਦੇਖਿਆ ਹੀ ਹੈ ਨਾ ਜੇ ਤੁਸੀਂ ਪਾਵਰ ਡਾਈਟ ਹਾਈ ਖਾਓ ਜਿੰਨੀ ਖਾ ਹੁੰਦੀ ਆ ਹਨਾ ਜੀ ਤੇ ਜਦੋਂ ਕਟਿੰਗ ਕਰਨੀ ਆ ਤਾਂ ਵੇਟ ਘਟਾਉਣਾ ਉਦੋਂ ਫੂਡ ਨੂੰ ਕੰਟਰੋਲ ਕਰਕੇ ਖਾ ਲਓ ਕੋਈ ਨਹੀਂ ਮੈਂ ਚੈਨਲ ਬੀਜੀ ਆ ਹੁਣ ਤਾਂ ਡਾਈਟ ਵਰਦਾ ਨਹੀਂ ਕੋਈ ਨਹੀਂ ਵਿਹਲੇ ਹੋ ਜੇ ਫਿਰ ਥੋੜੀ ਡਾਈਟ ਫਾਲੋ ਕਰਦੇ ਆ ਹਾਂਜੀ 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 ਉਹ ਡਾਈਟ ਨੂੰ ਬਈ ਉਹੀ ਆ ਫੂਡ ਸਿੰਪਲ ਹੀ ਹੋਵੇ ਕੋਈ ਐਡਾ ਐਡਾ ਨਹੀਂ ਹੈਗਾ ਕਿ ਤੁਸੀਂ ਆਹ ਚੀਜ਼ ਸਪੈਸ਼ਲ ਲੱਭ ਕੇ ਲੈ ਕੇ ਆਉਣੀ ਜਿਹੜੀ ਕੋਈ ਖਾਂਦਾ ਨਾ ਹੋਵੇ ਹਾਂ ਹਨਾ ਤੁਹਾਡਾ ਇੱਕ ਤਾਂ ਲਿਵਰ ਸਹੀ ਹੋਵੇ ਫੂਡ ਪਚ ਹਾਂਜੀ ਤਾਂ ਆਪਾਂ ਇੱਕੋ ਦਮ ਕੋਈ ਏਦਾਂ ਦੀ ਚੀਜ਼ ਖਾ ਲੈਂਦੇ ਆ ਜਿੱਦਾਂ ਕਹਿ ਲਓ ਕਿ ਮਟਨ ਜ਼ਿਆਦਾ ਖਾ ਲਿਆ ਕੋਈ ਕਿਉਂਕਿ ਬੀਫ ਜ਼ਿਆਦਾ ਖਾ ਲੈਂਦਾ ਉਹ ਪੇਟ ਜ਼ਿਆਦਾ ਲੰਬਾ ਟਾਈਮ ਕਰੋਗੇ ਖਰਾਬ ਹੋ ਜਾਂਦਾ ਪੇਟ ਸੋ ਫਿਰ ਭੁੱਖ ਮਰ ਜਾਂਦੀ ਆ ਉਹਦੇ ਤੋਂ ਜ਼ਿਆਦਾ ਬੈਟਰ ਆ ਬੰਦਾ ਦਹੀਂ ਖਾ ਲਵੇ ਠੀਕ ਆ ਬੰਦਾ ਇਸਬਗੋਲ ਵਾਲਾ ਪਾਣੀ ਪੀ ਲਵੇ ਨਿੰਬੂ ਪਾਣੀ ਪੀ ਲਵੇ ਠੀਕ ਆ ਜੀ ਐਕਸਰਸਾਈਜ਼ ਤੋਂ ਪਹਿਲਾਂ ਬੰਦਾ ਥੋੜਾ ਜਿਹਾ ਨਮਕ ਖਾ ਲਵੇ ਹਾਂਜੀ ਨਮਕ ਖਾ ਲਵੇ ਉਹ ਵੀ ਤਾਂ ਕਾਫੀ એનર્ਜੀ ਦੇ ਦਿੰਦਾ ਹਾਂਜੀ ਇੱਕ ਵਾਰੀ ਮੈਸੇਜ ਕਰ ਰਿਹਾ ਕਹਿੰਦਾ ਇੱਕ ਜੀ ਗੱਲ ਪੁੱਛਣੀ ਹੈ ਤੁਹਾਡੇ ਹਾਂਜੀ ਹਾਂਜੀ ਬਈ ਪੁੱਛ ਲਓ ਜਿਹੜੀ ਪੁੱਛਣੀ ਮਣੀ ਮੱਲੀਆਂ ਫੈਨ ਪੇਜ ਮੇਰੇ ਬੰਦੇ ਮੇਰੇ ਆਈਡੀਆ ਮੈਨੂੰ ਹੀ ਮੈਸੇਜ ਆ ਰਹੇ ਹੈ ਮੈਨੂੰ ਲੱਗਦਾ ਨਹੀਂ ਤੁਸੀਂ ਲਾਈਵ ਆਏ ਹੋਣੇ ਨਹੀਂ ਮੈਂ ਲਾਈਵ ਆਉਂਦਾ ਰਿਹਾ ਅੱਜ ਕਿੰਨੇ ਦਿਨਾਂ ਬਾਅਦ ਅੱਜ ਤੁਹਾਨੂੰ ਫੇਰ ਲਾਈਵ ਇੱਕ ਦੋ ਵਾਰੀ ਤੁਸੀਂ ਲਾਈਵ ਹੋਏ ਮੈਨੂੰ ਕਿਹਾ ਆਉਣ ਨੂੰ ਇੱਦਾਂ ਬਾਹਰ ਬੈਠਾ ਸੀ ਬਿਜੀ ਬਿਜੀ ਸੀ ਤੇ ਮੈਂ ਕਿਹਾ ਚਲੋ ਹੁਣ ਅੱਜ ਭਾਈ ਨੇ ਦੋ ਵਾਰੀ ਮੈਨੂੰ ਕਿਹਾ ਹੋਰ ਬਾਈ ਫੈਮਿਲੀ ਸਾਰੀ ਠੀਕ ਆ ਘਰ ਠੀਕ ਆ ਬਾਈ ਸਾਰੇ ਤੇ ਰਹਿਦਾ ਘਰ ਦਿਆਂ ਨੂੰ ਤੁਹਾਨੂੰ ਪਤਾ ਹੀ ਆ ਇੱਥੇ ਬਹੁਤ ਮਿਸ ਕਰੀ ਨਹੀਂ ਨਹੀਂ ਵਧੀਆ ਵਧੀਆ ਬਾਈ ਤੁਸੀਂ ਪੰਜਾਬ ਕਿਉਂ ਨਹੀਂ ਖੇਡਦੇ ਬਾਈ ਬੜਾ ਦਿਲ ਕਰਦਾ ਤੁਹਾਨੂੰ ਫੇਸ ਟੂ ਫੇਸ ਬਾਈ ਪੰਜਾਬ ਬਸ ਖੇਡਦੇ ਆ ਆਪਾਂ ਬਸ ਮਿਲਣਾ ਤੁਹਾਨੂੰ 31 ਦਸੰਬਰ ਜਨਵਰੀ ਚ ਹਰਸਿਮਰਨ ਵੀ ਘੈਂਟਾ ਬੰਦਾ ਹਰਸਿਮਰਨ ਬਾਰੇ ਤਾਂ ਕੁਝ ਕਹਿਣ ਨੂੰ ਹੈ ਨਹੀਂ ਬਾਈ ਘੈਂਟਾ ਬੰਦਾ ਜੀ ਬਾ ਅਸੀਂ ਬਾਈ ਇੱਕ ਹੀ ਫਿਲਾਸਫੀ ਆ ਸਾਡੀ ਇੱਕ ਹੀ ਆ ਕਿ ਹਰੇਕ ਦਾ ਸਤਿਕਾਰ ਕਰੀਏ ਨਿਮਰਤਾ ਦੇ ਨਾਲ ਨਹੀਂ ਨਹੀਂ ਬਹੁਤ ਵਧੀਆ ਗੱਲ ਬਾਈ ਅਸੀਂ ਸਾਰਿਆਂ ਨੇ ਪਿਆਰ ਕੀਤਾ ਅੱਜ ਤੱਕ ਨਹੀਂ ਨਹੀਂ ਵਧੀਆ ਬ్రో ਇਹ ਨਹੀਂ ਤਾਂ ਪਲੇਅਰ ਮੇਰੇ ਤੋਂ ਕਾਫੀ ਤਕੜੇ ਹੈਗੇ ਆ ਟ੍ਰੇਨਰ ਤੋਂ ਬਹੁਤ ਤਕੜੇ ਬਟ ਆਪਾਂ ਨੂੰ ਐਜ਼ ਏ ਲਾਈਕ ਕਿ ਹਵਾ ਨਹੀਂ ਕਰਦਾ ਬਹੁਤੀ ਵਧੀਆ ਬ్రో ਡਾਊਨ ਟੂ ਅਰਥ ਰਹਿ ਕੇ ਚੱਲਣਾ ਚਾਹੀਦਾ ਵਧੀਆ ਤੁਹਾਡੇ ਕਿੰਨਾ ਟਾਈਮ ਹੋ ਗਿਆ ਬਾਈ ਸਾਡੇ ਹੋ ਗਏ ਭਾਈ 11 ਵਜ ਗਏ ਆ ਹੁਣ ਪੈਣ ਦੀਆਂ ਤਿਆਰੀਆਂ ਠੀਕ ਹੈ ਚਲੋ ਪੈ ਜਾਓ ਫਿਰ 2:30 ਵਜ ਗਏ ਨਹੀਂ ਸੋਵਾਂ ਓਕੇ ਆਲ ਦੀ ਬੈਸਟ ਮੈਚਾਂ ਲਈ ਹਾਂ ਕੋਈ ਨਹੀਂ ਥੈਂਕ ਯੂ ਬ੍ਰਦਰ ਕਰਦੇ ਆ ਆਪਾਂ ਫਿਰ ਗੱਲ ਤੇ ਮਿਲਦੇ ਆ ਜਲਦੀ ਆਪਾਂ ਓਕੇ ਥੈਂਕ ਯੂ ਬ੍ਰੋ ਥੈਂਕ ਯੂ ਹੈ ਓਕੇ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
ਭਾਜੀ ਬਹੁਤ ਚੰਗਾ ਲੱਗਾ ਭਾਜੀ ਨਾਲ ਗੱਲ ਕਰਕੇ। ਮਣੀ ਭਾਜੀ ਇੱਥੇ ਵੀ ਜਦੋਂ ਬਾਈ ਹੁਣੀ ਮਿਲਦੇ ਹੁੰਦੇ ਆ ਤੇ ਜਾਂ ਫੋਨ ਤੇ ਕਦੀ ਗੱਲ ਹੁੰਦੀ ਆ ਤਾਂ ਬਹੁਤ ਬਹੁਤ ਇੱਕ